ਇੱਕ ਕਰਨਵੀਰ ਸਿੰਘ ਲੜਕਾ ਆ ਸੁਖਜਿੰਦਰ ਸਿੰਘ ਦਾ, ਮਲਾਵੇ ਦੀ ਕੋਠੀ ਦੇ ਰਹਿਣ ਵਾਲੇ ਨੇ। ਇਹਦਾ ਦੱਸ ਰਹੇ ਵੀ ਇਹ ਪਿਛਲੇ ਵਾਰੀ ਜਦੋਂ ਮੈਟ੍ਰਿਕ ਦਾ ਇਹਨਾਂ ਦਾ ਰਿਜ਼ਲਟ ਆਇਆ ਨਾ, ਉਹਦੇ ਨੰਬਰ ਘੱਟ ਆਏ ਇਹਦੇ, ਉਸ ਚੀਜ਼ ਤੋਂ ਇਹ ਡਿਪਰੈਸ਼ਨ ਸੀਗਾ ਵੀ ਮੈਂ ਮਿਹਨਤ ਜ਼ਿਆਦਾ ਕੀਤੀ ਆ, ਮੇਰੇ ਨੰਬਰ ਜਿਹੜੇ ਉਹਦੇ ਮੁਤਾਬਕ ਨਹੀਂ ਮਿਲਿਆ। ਉਹ ਕਹਿੰਦੇ ਅਸੀਂ ਸਮਝਾਇਆ ਵੀ ਤੇਰੀ ਐਕਸਟਰਾ ਕਲਾਸਾਂ ਲਵਾ ਦਿੰਦੇ ਹਾਂ, ਪਰ ਉਹਦੇ ਸਦਮੇ ਵਿੱਚ ਹੀ ਸੀਗਾ ਪਿਛਲੇ ਸਮੇਂ। ਪਲੱਸ ਵਨ 'ਚ ਪੜ੍ਹ ਰਿਹਾ ਸੀਗਾ ਪਰ ਦੱਸ ਰਹੇ ਵੀ ਜਿਵੇਂ ਉਹ ਉਸ ਚੀਜ਼ ਨੂੰ ਲੈ ਕੇ ਲਗਾਤਾਰ ਡਿਪਰੈਸ਼ਨ 'ਚ ਰਹਿੰਦਾ ਸੀ। ਇਹ ਆਪਣੇ ਘਰ ਦੇ ਹੀ ਮਕਾਨ ਦੇ ਅੰਦਰ ਅਲਮਾਰੀ ਵਿੱਚ ਉਹਨੇ ਆਪਣਾ ਫਾਦਰ ਸਾਹਿਬ ਦਾ ਰਿਵਾਲਵਰ ਸੀਗਾ ਲਾਇਸੈਂਸੀ, ਉਹ ਕੱਢ ਕੇ ਉਹਦੇ ਨਾਲ ਗੋਲੀ ਮਾਰੀ ਸਿਰ ਵਿੱਚ। ਸਾਨੂੰ ਇਨਫੋਰਮੇਸ਼ਨ ਮਿਲੀ ਸੀ ਐਸਕਾਟ ਹਸਪਤਾਲ ਤੋਂ, ਇਹਨਾਂ ਨੇ ਜਦੋਂ ਇੰਸੀਡੈਂਟ ਹੋਈ ਆ ਉਸ ਤੋਂ ਬਾਅਦ ਇਹ ਇਲਾਜ ਲਈ ਲੈ ਗਏ ਉਹਨੂੰ ਘਰ ਤੋਂ। ਉੱਥੇ ਜਦੋਂ ਅਸੀਂ ਗਏ ਹਾਂ ਉਸ ਟਾਈਮ 'ਤੇ ਇਹਦੀ ਹਾਲਤ ਸਥਿਰ ਨਹੀਂ ਸੀ ਹੈਗੀ, ਸਾਨੂੰ ਉਹਨਾਂ ਨੇ ਨਾ ਕਾਬਲ ਦੱਸਿਆ ਬਿਆਨ ਦੇਣ ਦੇ। ਫਿਰ ਰਾਤ ਦੇ ਟਾਈਮ ਇਹਦੀ ਡੈਥ ਹੋ ਗਈ ਕੁਛ ਦੇਰ ਬਾਅਦ। ਉਸ ਤੋਂ ਬਾਅਦ ਜਿਹੜੀ 74 ਦੀ ਕਾਰਵਾਈ ਜਿਹੜੀ ਇਹਦੀ ਅਮਲ 'ਚ ਲੈਂਦੀ ਹੈ।